ਬੀਜੇਪੀ ਦੇ ਨਾਲ ਸਿਧਾਂਤਿਕ ਤੌਰ ਤੇ ਕਿਹੜੀ ਸਾਂਝ ਹੋ ਸਕਦੀ ਹੈ? ਸਾਡਾ ਸਿਧਾਂਤ ਵੱਖਰਾ ਹੈ, ਬੀਜੇਪੀ ਦਾ ਵੱਖਰਾ ਹੈ, ਕਰਪਨ ਸਾਹਿਬ ਦਾ ਵੱਖਰਾ ਹੈ। ਗਠਜੋੜ ਸਿਰਫ ਸਿਆਸੀ ਮੁਫਾਦ ਲਈ ਹੁੰਦਾ, ਕੁਦਰਤੀ ਹੈ। ਕਾਂਗਰਸ ਨੇ ਤਾਂ ਐਡਾ ਵੱਡਾ ਨੁਕਸਾਨ ਕੀਤਾ ਕਿ ਉਹਦਾ ਭੁਲਾਇਆ ਹੀ ਨਹੀਂ ਜਾ ਸਕਦਾ ਸਿੱਖਾਂ ਨਾਲ ਜੋ ਕੀਤਾ। ਬੀਜੇਪੀ ਨੇ ਕਿੰਨਾ ਕੁ ਭਲਾ ਕੀਤਾ? ਨਹੀਂ, ਭਲਾ ਨਾ ਕੀਤਾ। मैं तुम्हें भी बेनती करांगा कोई इस पासे ना तुरो, इलेक्शन आई है। जे बीजेपी ते अकाली दल दा कल नूं गठजोड़ हो जांदा फिर तुहाडा की स्टैंड? नहीं, मैं बीजेपी मैं भी साडा बीजेपी नाल गठजोड़ नहीं रहेगा। ठीक है, तुसीं तोड़ दोगे? हां जी। पार्टी तीसरे नंबर दी पार्टी है, तीसरे ते चौथे ते आऊगी हुण। तुसीं उहनां नाल गठजोड़ कीता है, इह तां नहीं हो के तुसीं भी अपणिआं तों दूर हो जाओगे गठजोड़ करके? बिल्कुल नहीं हुंदे। बाबे ने ना जेड़े सिखा लिए, मैं हुण कोई इलेक्शन नहीं लड़नी, मैं तो कोई पावर नहीं लेनी। ਇਹਨਾਂ ਦੁੱਖ ਸਹਿ ਕੇ ਔਰ ਪਾਰਟੀ ਨੂੰ ਖੜਾ ਰੱਖਣ ਲਈ ਕੀਤਾ ਜਾਵੇ ਤੇ ਉਹਨੂੰ ਛੱਡਣਾ ਕੋਈ ਸੌਖਾ ਤਾਂ ਹੈ ਨਹੀਂ। 2019 ਚ ਤੁਸੀਂ ਛੱਡੀ ਪਾਰਟੀ, ਤੱਕ ਇੰਨੇ ਸਾਲ ਕਿਉਂ ਲੱਗ ਗਏ? ਹਾਂ, ਉਹਦੇ ਤੱਕ ਸੁਣ ਲਓ। ਵੋਟਾਂ ਤੋਂ ਪਹਿਲਾਂ ਰਿਹਾਈ ਦੀ ਕੋਈ ਆਸ ਹੈਗੀ ਹੈ? ਦੇਖੋ, ਅਸੀਂ ਤਾਂ ਰਿਕੁਐਸਟ ਹੀ ਕਰ ਸਕਦੇ ਹਾਂ। ਬ੍ਰਹਮਪੁਰਾ ਦੁਬਾਰਾ ਫਿਰ ਅਕਾਲੀ ਦਲ ਦੇ ਵਿੱਚ ਚਲੇ ਗਏ ਨੇ, ਤੁਹਾਨੂੰ ਵੀ ਅਪਰੋਚ ਤਾਂ ਕੀਤਾ ਹੋਣਾ ਅਕਾਲੀ ਦਲ ਨੇ? ਮੈਨੂੰ ਜ਼ਿੰਦਗੀ ਚ ਕਦੇ ਕੋਈ ਝੋਰਾ ਨਹੀਂ ਰਿਹਾ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ, ਮੈਂ ਹਰਸ਼ਰਨ ਕੌਰ। ਪੰਜਾਬ ਵਿਧਾਨ ਸਭਾ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ, ਹਾਲਾਂਕਿ ਠੰਡ ਦੇ ਕਾਰਨ ਅਤੇ ਚੋਣ ਕਮਿਸ਼ਨ ਦੀਆਂ ਪਾਬੰਦੀਆਂ ਦੇ ਕਾਰਨ ਚੋਣ ਪ੍ਰਚਾਰ ਉਸ ਤਰੀਕੇ ਦੇ ਨਾਲ ਨਹੀਂ ਭਖਿਆ ਹੋਇਆ, ਪਰ ਲੋਕਾਂ ਦੇ ਵਿੱਚ ਚਰਚਾ ਹੈ ਤਾਂ ਸਿਰਫ ਤੇ ਸਿਰਫ ਵੋਟਾਂ ਦੀ। ਅੱਜ ਅਸੀਂ ਗੱਲ ਕਰਾਂਗੇ ਖਾਸ ਸ਼ਖਸੀਅਤ ਦੇ ਨਾਲ, ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੇ ਹੁਣੇ ਹੁਣੇ ਬੀਜੇਪੀ ਦੇ ਨਾਲ ਅਤੇ ਪੰਜਾਬ ਲੋਕ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਨਾਲ ਗੱਠਜੋੜ ਕੀਤਾ ਹੈ, ਗੱਠਜੋੜ ਦੇ ਰਾਹੀਂ ਇਸ ਵਾਰੀ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ। ਢੀਂਡਸਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਦਾ ਖਾਲਸ ਟੀਵੀ 'ਤੇ। ਬਹੁਤ ਬਹੁਤ ਮਿਹਰਬਾਨੀ ਬੇਟਾ, ਧੰਨਵਾਦ ਤੁਹਾਡਾ, ਤੁਹਾਡੇ ਖਾਲਸ ਟੀਵੀ ਦਾ ਵੀ, ਤੁਹਾਡਾ ਵੀ ਜੀ। ਸੋ ਅੱਜ ਪੰਜਾਬ ਦੇ ਵਿੱਚ ਦੋ ਨਹੀਂ ਕਈ ਅਕਾਲੀ ਦਲ ਨੇ, ਆਪਾਂ ਸਿਰਫ ਦੋ ਦੀ ਜੇ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਦੋਨਾਂ ਦੇ ਵਿੱਚੋਂ ਕਿਹਦਾ ਵੱਡਾ ਦਾਇਰਾ ਮੰਨਦੇ ਹੋ, ਕਿਹਨੂੰ ਮਜ਼ਬੂਤ ਮੰਨਦੇ ਹੋ? ਦੇਖੋ, ਦਾਇਰਾ ਤਾਂ ਮੈਂ ਐਵੇਂ ਕਹਾਂ ਉਹਨਾਂ ਦਾ ਵੱਡਾ ਹੈ, ਕਿਉਂਕਿ ਸਾਡੀ ਤਾਂ ਨਵੀਂ ਪਾਰਟੀ ਆਈ, ਨਾ ਹੀ ਸਾਡੇ ਕੋਲ ਪੈਸਾ ਸੀ, ਨਾ ਹੀ ਅਸੀਂ ਕੋਈ ਇਸ ਤਰ੍ਹਾਂ ਦਾ ਸੀ, ਪਰ ਅਸੀਂ ਇੱਕ ਸਿਧਾਂਤਕ ਲੜਾਈ ਲੜੀ ਹੈ ਜੀ, ਸਿਧਾਂਤਕ ਲੜਾਈ ਲੜੀ ਇਸ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਅਕਾਲੀ ਦਲ ਬਣ ਕੇ ਰਹਿ ਗਿਆ, ਜਿਹਨੂੰ ਸਿਧਾਂਤ ਛੱਡ ਕੇ ਪੰਜਾ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਇੱਕ ਕਿਸਮ ਦਾ ਇੱਕ ਘਰੇਲੂ ਜੀ ਪਾਰਟੀ ਬਣਾ ਕੇ ਰੱਖ ਲਈ ਜੀ। ਔਰ ਮੈਂ ਸਮਝਦਾ ਕਿ ਜਿਹੜਾ ਰਾਜਨੀਤੀ ਹੈ, ਭਾਵੇਂ ਸਿੱਖਾਂ ਵਿੱਚ ਰਾਜਨੀਤੀ ਅਤੇ ਸਿਆਸਤ ਔਰ ਧਰਮ ਇਕੱਠਾ ਹੈ, ਲੇਕਿਨ ਕਦੇ ਵੀ ਧਰਮ ਹੇਠਾਂ ਨਹੀਂ ਹੋ ਸਕਦਾ, ਧਰਮ ਸਿਆਸਤ ਦੇ ਉੱਪਰ ਰਹੇਗਾ। ਸਿਧਾਂਤ ਦੀ ਤੁਸੀਂ ਗੱਲ ਕੀਤੀ ਹੈ, ਬੀਜੇਪੀ ਦੇ ਨਾਲ ਸਿਧਾਂਤਿਕ ਤੌਰ ਤੇ ਕਿਹੜੀ ਸਾਂਝ ਹੋ ਸਕਦੀ ਹੈ? ਸਿਧਾਂਤ ਤਾਂ ਬਿਲਕੁਲ ਵੱਖਰੇ ਵੱਖਰੇ ਆ। ਨਹੀਂ, ਸਿਧਾਂਤਿਕ ਮਤਲਬ ਉਹਨਾਂ ਨਾਲ ਦੀ ਅਸੀਂ ਕਰ, ਮੈਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੇ, ਇਹ ਆਉਂਦੀ ਹੈ, ਇਹ ਹੈਗੀ ਗੱਠਜੋੜ ਦੀ ਗੱਲ ਜੀ। ਇਹ ਤਾਂ ਕੋਈ ਸਿਧਾਂਤਿਕ ਤੌਰ ਤੇ ਸਾਡਾ ਮੇਲ ਨਹੀਂ ਖਾਂਦਾ। ਗੱਠਜੋੜ ਸਿਰਫ ਸਿਆਸੀ ਮੁਫਾਦਾਂ ਲਈ ਹੁੰਦਾ, ਕੁਦਰਤੀ ਹੈ, ਇਹ ਇਲੈਕਸ਼ਨ ਲਈ ਹੈ। ਜੇ ਸਾਂਝਾ ਜਿਹੜਾ ਮਿਨੀਮਮ ਪ੍ਰੋਗਰਾਮ ਬਣਦਾ ਨਾ, ਉਹਨੂੰ ਉਹਦੇ ਰਾਹੀਂ ਚੱਲਦਾ ਹੁੰਦਾ। ਅਤੇ ਨੰਬਰ ਦੋ ਹੈ ਕਿ ਦੇਖੋ, ਸਾਡੀ ਛੋਟੀ ਪਾਰਟੀ ਸੀ ਜੀ, ਜੇ ਅਸੀਂ ਚੱਲਣਾ ਤਾਂ ਕਿਸੇ ਨਾਲ ਸਾਨੂੰ ਗੱਠਜੋੜ ਕਰਨੀ ਪੈਣਾ ਸੀ। ਨੈਸ਼ਨਲ ਪਾਰਟੀਆਂ ਦੋ ਹੀ ਨੇ, ਬੀਜੇਪੀ ਹੈ, ਕਾਂਗਰਸ ਹੈ। ਕਾਂਗਰਸ ਨੇ ਤਾਂ ਐਡਾ ਵੱਡਾ ਨੁਕਸਾਨ ਕੀਤਾ ਕਿ ਉਹਦਾ ਭੁਲਾਇਆ ਹੀ ਨਹੀਂ ਜਾ ਸਕਦਾ ਸਿੱਖਾਂ ਨਾਲ ਜੋ ਕੀਤਾ। ਬੀਜੇਪੀ ਨੇ ਕਿੰਨਾ ਕੁ ਭਲਾ ਕੀਤਾ? ਨਹੀਂ, ਭਲਾ ਨਾ ਕੀਤਾ, ਕੀਤਾ ਬੀਜੇਪੀ ਨੇ, ਠੀਕ ਹੈ, ਜਿੰਨਾ ਅਸੀਂ ਚਾਹੁੰਦੇ ਉਹਨੇ ਨਹੀਂ ਹੋਇਆ, ਉਸੇ ਲਈ ਅਸੀਂ ਕਰ ਰਹੇ ਹਾਂ। ਪਰ ਬੀਜੇਪੀ ਨੇ ਘੱਟੋ ਘੱਟ ਉਸ ਤਰ੍ਹਾਂ ਮਾਰੇ ਤਾਂ ਨਹੀਂ ਲੋਕ, ਬੀਜੇਪੀ ਨੇ ਘੱਟੋ ਘੱਟ ਇਸ ਤਰ੍ਹਾਂ ਤਾਂ ਨਹੀਂ ਨੁਕਸਾਨ ਪਹੁੰਚਾਇਆ। ਬੀਜੇਪੀ ਨੇ ਫਿਰ ਵੀ ਕੁਛ ਨਾ ਕੁਛ, ਜਦੋਂ
मोदी साहब आए ने, इन्होंने कुछ ना कुछ तो किया ही है, काली सूची खत्म की, इन्होंने करतारपुर साहब का लांघा खोल लिया, इन्होंने होर बड़े काम किए ने, हूँ 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 साहबजादों के नाते दिन मनाने का फैसला किया है। बाबे ने ना जेडे सिखा लिए ने, असि बाबे कहने तो सारी दुनिया ने जाना मनाना, असि कले सिखा ने तो नहीं मनाना, पर फिर भी असि कहा भी तुसी सिखा दे जवातां नूं ध्यान विच रखदे आ, ये तो विचार करो। हाँ जी, मतलब वो कहते हैं कि फतेह सिंह दिवस भी हो सकता है जो बाबा नहीं रखना है। नहीं, वो तो चलो वो तो मैं कैसी भी सिख जथेबंद बैठ के कोई यदा हल लभो, ताकि वे भी माड़ी मोटी जी लोगों हैगी इतराज वो भी ना रहे। उन्होंने पॉजिटिव रिस्पॉन्स दिता, पॉजिटिव रिस्पॉन्स दिता हमेशा उन्होंने। ते टिंडसा साहब, अकाली दल तुसी हालांकि ये बिल्कुल सही तरीके दे नाल मन्निया है कि दायरा उन्हां दा वड्डा है, इहदे च कोई शक नहीं, तुहाडी पार्टी हाले छोटी है, तां तुहानूं नहीं लगदा कितें ना कितें कि श्रोमणी अकाली दल दे नालों गठजोड़ जो दा टुट्टिया हैगा तां तुहाडी पार्टी दे कितें ना कितें पैर नहीं लग रहे, तुहानूं अफसोस है उस गल्ल? नहीं, पैर नहीं है, ऐसी गल नहीं है कि पैर नहीं लग रहे, पैर साडे जिते जिते साडे हैगी सी असीं लगे ने, पूरे पैर भी लगे ने। इह मैं मन्नदा कि साडे कोल पैसा नहीं सी, असी उन्हां कम साढ़े पैसे तो बिना जी दे युग च नहीं हुंदा, मैं देख लिया भी पैसा ही है, हुण साडा क्यों नहीं टीवी आ आ रहा, साडा क्यों नहीं ऐड आ रही, नहीं नहीं क्यों नहीं आ रही साडी ऐड, क्यों नहीं आ रही, क्योंकि पैसा साडे कोल है नहीं। यानी कि सियासत विच जे आउणा तां सारी पैसे दी खेड है, ते पैसे दा मैं समझदा भी सानूं नुकसान ये जरूर दा होया, पर असी बहुत सीधे सीधे इमानदार दे तौर ते चले आ, वाहगुरू करे इस तरह सारी दुनिया ही ईमानदारी वाल तुरे, ते पंजाब दा भला होवे, सिखां दा भला होवे। जी, ते बीजेपी दे नाल हुण केड़ियां शर्तां ते तुसी समझौता कीता है, गठजोड़ कीता तुसी, हालांकि कह सियासी मुफाद हुंदे ने, पर फिर भी कुछ ना कुछ तां गल्लां रखियां होणगियां? नहीं, गल्लां तां इह है कि साडे साडा सिद्धांत वखरा है, बीजेपी दा वखरा है, कैप्टन साहब दा वखरा है जी, लेकिन असी इक कॉमन मिनिमम प्रोग्राम बनावांगे, उह ते सरकार बणेगी, ਉਹਦੇ ਸਰਕਾਰ ਦੇ ਹਿਸਾਬ ਨਾਲ ਹੀ ਅਸੀਂ ਚੱਲਾਂਗੇ। ਸਰਕਾਰ ਬਣਾਉਣ ਦਾ ਪੂਰਾ ਤੁਹਾਡਾ ਦਾਅਵਾ ਹੈਗਾ ਕਿ ਗੱਠਜੋੜ ਨੂੰ ਕੋਈ ਇਲੈਕਸ਼ਨ ਨਹੀਂ, ਐਸਾ ਕੋਈ ਪਾਰਟੀ ਐਸੀ ਇਲੈਕਸ਼ਨ ਨਹੀਂ ਲੜਦੀ ਜਿਹੜੇ ਕਹਿੰਦੇ ਸਰਕਾਰ ਨਹੀਂ ਬਣਾਉਣੀ। ਪਰ ਫਿਰ ਵੀ ਤੁਸੀਂ ਅਜੇ ਜਿਵੇਂ ਹੁਣ ਤੁਸੀਂ ਪਹਿਲੇ ਸਵਾਲ ਦਾ ਬੜੀ ਇਮਾਨਦਾਰੀ ਦੇ ਨਾਲ ਉੱਤਰ ਦਿੱਤਾ, ਜੇ ਇਮਾਨਦਾਰੀ ਦੇ ਨਾਲ ਦੇਖੀਏ ਕਿੰਨਾ ਕੁ ਹੁਲਾਰਾ ਮਿਲ ਰਿਹਾ, ਤੁਸੀਂ ਜਾਂਦੇ ਹੋਵੋਗੇ ਗਰਾਊਂਡ 'ਤੇ, ਲੋਕਾਂ ਦੀ ਕਿੰਨੀ ਕੁ ਸਪੋਰਟ ਮਿਲ ਰਹੀ ਹੈ? ਨਹੀਂ, ਸਪੋਰਟ ਤਾਂ ਸਾਨੂੰ ਮਿਲ ਹੀ ਰਹੀ ਹੈ, ਇਹ ਨਹੀਂ ਹੈ, ਇਹ ਠੀਕ ਹੈ, ਲੋਕਾਂ ਦੇ ਮਨਾਂ ਵਿੱਚ ਥੋੜ੍ਹਾ ਬਹੁਤ ਅਜੇ ਵੀ ਬੀਜੇਪੀ ਦੇ ਹੈ ਖਿਲਾਫ਼, ਕਿ ਉਹਨਾਂ ਨੇ ਬਹੁਤ ਲੰਮਾ ਸਮਾਂ ਕਿਸਾਨਾਂ ਨਾਲ, ਇੱਕ ਸਾਲ ਲੱਗਿਆ, ਅਤੇ ਤਾਂ ਉਹਨਾਂ ਦੇ ਵਾਪਸ ਹੋਏ ਨੇ, ਪਰ ਫਿਰ ਵੀ ਦੇਰ ਆਏ ਦੁਰੁਸਤ ਆਏ। ਮੈਂ ਕਹਿੰਦਾ ਕਿ ਪਹਿਲੀ ਵਾਰੀ ਹੋਇਆ ਕਿ ਕਿਸੇ ਪ੍ਰਧਾਨ ਮੰਤਰੀ ਨੇ ਮਾਫ਼ੀ ਤਾਂ ਮੰਗੀ ਹੈ, ਕਿ ਮੇਰੇ ਤੋਂ ਸਾਤੋਂ ਗਲਤੀ ਇਸ ਅੱਧੀ ਹੋਈ ਵੀ ਅਸੀਂ ਲੋਕਾਂ ਨੂੰ ਸਮਝਾ ਨਹੀਂ ਸਕੇ, ਮੈਂ ਮਾਫ਼ੀ ਮੰਗਦਾ। ਪਰ ਉਹਦੇ ਲਈ ਇੰਨਾ ਸਮਾਂ ਵੀ ਤਾਂ ਲੰਘਾਇਆ ਨਾ ਉਹਨਾਂ ਨੇ। ਮੈਂ ਇਸੇ ਕਰਕੇ ਕਹਿੰਦਾ ਵੀ ਤਾਂ ਹੀ ਗੁੱਸਾ ਅਜੇ ਹੈਗਾ ਲੋਕਾਂ 'ਚ। ਹਾਂਜੀ, ਉਹੀ ਹੈ ਕਿ ਬੀਜੇਪੀ ਦੇ ਲਈ ਜਿਹੜਾ ਕਿਸਾਨਾਂ ਦੇ ਮਨਾਂ 'ਚ ਖਾਸ ਕਰਕੇ ਗੁੱਸਾ ਸੀ, ਉਹ ਹਲੇ ਤੱਕ ਢਹਿਲਾ ਨਹੀਂ ਹੋਇਆ, ਤੇ ਤੁਸੀਂ ਉਹਨਾਂ ਨਾਲ ਗੱਠਜੋੜ ਕੀਤਾ, ਇਹ ਤਾਂ ਨਹੀਂ ਹੋ ਕਿ ਤੁਸੀਂ ਵੀ ਆਪਣਿਆਂ ਤੋਂ ਦੂਰ ਹੋ ਜਾਓਗੇ ਗੱਠਜੋੜ ਕਰਕੇ? ਬਿਲਕੁਲ ਨਹੀਂ ਹੁੰਦੇ, ਜੇ ਅਸੀਂ ਚਾਹੁੰਦੇ ਹਾਂ, ਦੇਖੋ ਜੇ ਹੁਣ ਕਿਸਾਨਾਂ ਵਾਲੇ ਮਸਲਾ ਜਿਹੜਾ ਵੱਡਾ ਸੀ ਹੱਲ ਹੋ ਗਿਆ ਜੀ, ਅਤੇ ਹੁਣ ਕੀ ਹੈ ਮਸਲਾ? ਮਤਲਬ ਸਿੱਖਾਂ ਦੀਆਂ ਕੁਛ ਮੰਗਾਂ, ਕੁਛ ਪੰਜਾਬ ਦੇ ਇਸ਼ੂ ਨੇ, ਪੰਜਾਬ ਅੱਜ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ, ਪੰਜਾਬ ਬੁਰੀ ਤਰ੍ਹਾਂ ਫਸਿਆ ਹੋਇਆ, ਇਸ ਕਰਕੇ ਮੈਂ ਸਮਝਦਾ ਪੰਜਾਬ ਨੂੰ ਇਹ ਸਿਚੁਏਸ਼ਨ ਚੋਂ ਕੱਢਣਾ। ਪੰਜਾਬ ਦੇ ਬਹੁਤ ਸਾਰੇ ਕਰਜ਼ਾ ਹੀ ਇੰਨਾ ਹੋਇਆ ਪਿਆ, ਕਿਸਾਨਾਂ ਦਾ ਕਰਜ਼ਾ ਹਲੇ ਮਾਫ਼ ਨਹੀਂ ਹੋਇਆ। ਉਹੀ ਮੈਂ ਗੱਲ ਕਰ ਰਿਹਾ ਵੀ ਕਰਜ਼ਾ ਇਹ ਹੋ ਗਿਆ, ਹੋਰ ਬੜੇ ਇਸ਼ੂ ਨੇ, ਇੰਡਸਟਰੀ ਚਲੀ ਗਈ, ਸਾਰਾ ਕੁਛ ਹੋ ਗਿਆ, ਤੇ ਕੌਣ ਕਰ ਸਕਦਾ? ਉਹ ਸੈਂਟਰ ਦੀ ਸਰਕਾਰ ਨਾਲ ਮਿਲ ਕੇ ਕੀਤਾ ਜਾ ਸਕਦਾ। ਕਿਤੇ ਨਾ ਕਿਤੇ ਢੀਂਡਸਾ ਸਾਹਿਬ, ਲੋਕ ਹੁਣ ਇਸ ਗੱਠਜੋੜ ਦੇ ਬਾਰੇ ਗੱਲਾਂ ਕਰਦੇ ਨੇ, ਚੁੰਝ ਚਰਚਾ ਛਿੜੀ ਹੋਈ ਹੈ ਕਿ ਵੋਟਾਂ ਤੋਂ ਬਾਅਦ ਜਾਂ ਫਿਰ ਸਰਕਾਰ ਜਦੋਂ ਇੱਕ ਮਹੀਨੇ ਦੇ ਵਿੱਚ ਵਿੱਚ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਮੁੜ ਗੱਠਜੋੜ ਹੋ ਜੂਗਾ, ਅੰਦਰੋਂ ਅੰਦਰੀ ਕੀ ਖਿਚੜੀ ਪੱਕ ਰਹੀ ਹੈ? ਇਹ ਤਾਂ ਗੱਲਾਂ ਚੱਲਦੀਆਂ ਰਹਿਣਗੀਆਂ ਜੀ, ਇਹ ਹਰੇਕ ਨੇ ਆਪੋ ਆਪਣੇ ਹਿਸਾਬ ਨਾਲ ਕਿਸੇ ਨੇ ਵੋਟਾਂ ਲੈਣ ਲਈ ਕਿਸੇ ਹੋਰ ਦੇ ਕਰਦੇ ਆ, ਤਾਂ ਮੇਰੀ ਗੱਲ ਸੁਣੋ, ਕੀ ਕਾਲਕੇ ਨੇ
कोई शरूपा लिया उन्होंने तो की कल के नहीं कहा मैं बादल दल का नुमाइंदा बन के आया पर ज्यादा उन्हें मनजिंदर सिंह सिरसा के धड़े नूं मिले ने ਉਹ ਤਾਂ ਸਾਰੇ ਆਫਿਸ 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 ਮੇਰੇ ਰੋਲ ਸੇ ਨਹੀਂ ਬਣਾਏ ਨੇ ਪ੍ਰਧਾਨ ਵੀ ਉੱਥੇ ਨਹੀਂ ਬਣਾਇਆ ਪ੍ਰਧਾਨ ਵੀ ਸਰਚਾ ਨਹੀਂ ਬਣਾਇਆ ਨਾ ਜੀ ਮਤਲਬ ਉਹੀ ਹੈ ਨਾ ਕਿ ਅੰਦਰੇ ਅੰਦਰ ਕੁਛ ਨਾ ਕੁਛ ਤਾਂ ਪੱਕ ਰਿਹਾ ਨਾ ਚਲੋ ਇਹ ਤਾਂ ਵਕਤੀ ਦੱਸੇਗਾ ਮੈਂ ਹੁਣ ਕੀ ਕਹਿ ਸਕਦਾ ਕਮੈਂਟ ਕਰਨਾ ਨਹੀਂ ਮੈਂ ਕੋਈ ਜੀ ਪਰ ਜੇ ਜੇ ਮੰਨ ਲਓ ਗੱਠਜੋੜ ਹੋ ਜਾਂਦਾ ਤਾਂ ਤੁਹਾਡੀ ਕੀ ਭੂਮਿਕਾ ਰਹੂਗੀ ਮੇਰੀ ਗੱਲ ਸੁਣੋ ਗੱਠਜੋੜ ਹੁੰਦਾ ਕਿ ਨਹੀਂ ਹੁੰਦਾ ਕੀ ਹੈ ਕੀ ਨਹੀਂ ਅਜੇ ਅੱਜ ਹੀ ਮੈਂ ਕਿਵੇਂ ਕਹਿ ਸਕਦਾ ਉਹਦੇ ਬਾਰੇ ਇਹ ਲੋਕਾਂ ਦੀ ਜੋ ਤੁਹਾਡੀ ਚਰਚਾ ਹੋ ਸਕਦੀ ਹੈ ਪਰ ਮੇਰੀ ਚਰਚਾ ਤੇ ਮੇਰਾ ਤਾਂ ਉਹਦੇ ਚ ਚਰਚਾ ਚ ਕੋਈ ਹਿੱਸਾ ਨਹੀਂ ਹੈ ਤੁਹਾਡਾ ਤੁਹਾਨੂੰ ਕੀ ਲੱਗਦਾ ਢੀਂਡਸਾ ਸਾਹਿਬ ਤੁਹਾਡਾ ਬੜਾ ਵੱਡਾ ਸਿਆਸੀ ਜਿਹੜਾ ਕਰੀਅਰ ਰਿਹਾ ਹੈਗਾ ਪੰਜ ਕੋਣਾ ਮੁਕਾਬਲਾ ਚੱਲ ਰਿਹਾ ਇਹ ਕੌਣ ਮੂਹਰੇ ਜਾ ਸਕਦਾ ਕੀ ਹਾਲਾਤ ਬਣ ਰਹੇ ਨੇ ਐਤਕੀ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਕਿੱਧਰ ਨੂੰ ਵੋਟਾਂ ਅੱਜ ਦੀ ਸਿਚੁਏਸ਼ਨ ਵੈਸੇ ਪੰਜਾਬ ਦੀ ਸਿਚੁਏਸ਼ਨ ਰੋਜ਼ ਚੇਂਜ ਹੁੰਦੀ ਹੈ ਲੇਕਿਨ ਅੱਜ ਦੀ ਸਿਚੁਏਸ਼ਨ 'ਚ ਕੋਈ ਪਾਰਟੀ ਨਹੀਂ ਕਹਿ ਸਕਦੀ ਸਾਡੀ ਪੱਕੀ ਸਰਕਾਰ ਬਣੂਗੀ ਜੀ ਹੰਗ ਅਸੈਂਬਲੀ ਅੱਜ ਦੇ ਹਾਲਾਤ ਇਹ ਹੈ ਕਿ ਬਹੁਮਤ ਕਿਸੇ ਨੂੰ ਨਹੀਂ ਮਿਲ ਰਿਹਾ ਬਹੁਮਤ ਕਿਸੇ ਨੂੰ ਨਹੀਂ ਮਿਲੇਗਾ ਹਾਲਾਤ ਕੀ ਬਣਦੇ ਆ ਉਹ ਵਕਤੀ ਦੱਸੇਗਾ ਜੀ ਤੇ ਢੀਂਡਸਾ ਸਾਹਿਬ ਜੇ ਆਪਾਂ ਉਸੇ ਗੱਠਜੋੜ ਦੀ ਗੱਲ ਕਰ ਲਈਏ ਅਕਾਲੀਆਂ ਦੇ ਨਾਲ ਗੱਠਜੋੜ ਟੁੱਟਿਆ ਤੁਹਾਡਾ 2019 ਦੇ ਵਿੱਚ ਉਸ ਤੋਂ ਬਾਅਦ ਤੁਸੀਂ ਨਵਾਂ ਅਕਾਲੀ ਦਲ ਬਣਾਇਆ ਕਦੇ ਕਦੇ ਤਾਂ ਮਨ 'ਚ ਤੁਹਾਡੇ ਖਿਆਲ ਆਉਂਦਾ ਹੋਣਾ ਕਿ ਉਹ ਗੱਠਜੋੜ ਤੋੜ ਕੇ ਜਿਹੜਾ ਤੁਸੀਂ ਆਪਣੇ ਫਰਜ਼ੰਦ ਪਰਮਿੰਦਰ ਸਿੰਘ ਢੀਂਡਸਾ ਦਾ ਜਿਹੜਾ ਸਿਆਸੀ ਕਰੀਅਰ ਹੈ ਉਹ ਕਿਤੇ ਨਾ ਕਿਤੇ ਖਰਾਬ ਹੋਇਆ ਨਹੀਂ ਖਰਾਬ ਨਹੀਂ ਹੋਇਆ ਸਕੇ ਉਹਦੇ ਹਿਸਾਬ ਨਾਲ ਹੀ ਆ ਉਹ ਲੋਕਾਂ ਨੂੰ ਸ਼ਾਇਦ ਲੱਗਦਾ ਕਿ ਉਹਦਾ ਕਰੀਅਰ ਖਰਾਬ ਰਿਹਾ ਉਹਦਾ ਕਰੀਅਰ ਤਾਂ ਠੀਕ ਹੋਇਆ ਹਾਂ ਇਸ ਵਾਰੀ ਸੀਟ ਆਪਦੀ ਪੂਰੀ ਮਤਲਬ ਕਿੰਨੀਆਂ ਸੀਟਾਂ ਤੇ ਤੁਸੀਂ ਦਾਅਵਾ ਕਰਦੇ ਹੋ 15 ਦੇ ਵਿੱਚ ਦੇਖੋ ਵੈਸੇ ਤਾਂ ਅਸੀਂ ਤਾਂ ਚੁਕਾਂਗੇ ਵੀ 15 ਜਿੱਤੇ ਪਰ 10 ਤਾਂ ਸਾਨੂੰ ਜਿੱਤਣੀਆਂ ਚਾਹੀਦੀਆਂ ਨੇ ਠੀਕ ਹੈ 10 ਤੇ ਸੀ ਆ ਰਹੇ ਪਰਮਿੰਦਰ ਸਿੰਘ ਢੀਂਡਸਾ ਵਾਲੀ ਸੀਟ ਜਿਹੜੀ ਪੋਜ਼ਿਟਿਵ ਹੈਗੀ ਸਾਨੂੰ ਤਾਂ ਪੋਜ਼ਿਟਿਵ ਲੱਗ ਰਹੀ ਹੈ ਜੀ ਬਾਕੀ ਤਾਂ ਲੋਕਾਂ ਤੇ ਹੈ ਜੀ ਜੀ ਬਿਲਕੁਲ ਸੋ ਢੀਂਡਸਾ ਸਾਹਿਬ ਬੀਜੇਪੀ ਦੇ ਨਾਲ ਤੁਸੀਂ ਕਿਹਾ ਕਿ ਗੱਠਜੋੜ ਹੋਇਆ ਹੈ ਅਕਾਲੀ ਦਲ ਦੇ ਨਾਲ ਗੱਠਜੋੜ ਹੋਣਾ ਦੁਬਾਰੇ ਨਹੀਂ ਹੋਣਾ ਕੁਛ ਨਹੀਂ ਉਹਦਾ ਪਤਾ ਹੈਗਾ ਪਰ ਅਕਾਲੀਆਂ ਨੂੰ ਛੱਡ ਕੇ ਬੀਜੇਪੀ ਦੇ ਨਾਲ ਵੀ ਕੀ ਬੀਜੇਪੀ ਵੱਖਰਾ ਕਰ ਲਊਗੀ ਪੰਜਾਬ ਦੇ ਲਈ ਜਾਂ ਸਿਰਫ ਸਿਆਸੀ ਮੁਫਾਦ ਹੀ ਹੁੰਦੇ ਨੇ ਗੱਠਜੋੜ ਦੇ ਨਹੀਂ ਬੀਜੇਪੀ ਦੀ ਸਰਕਾਰ ਹੈ ਜੀ ਸੈਂਟਰ ਵਿੱਚ ਬੀਜੇਪੀ ਹੀ ਕਰ ਸਕਦਾ ਜੇ ਪੰਜਾਬ ਨੂੰ ਇਸ ਸਿਚੁਏਸ਼ਨ 'ਚੋਂ ਕੱਢ ਸਕਦਾ ਤਾਂ ਸੈਂਟਰ ਦੀ ਸਰਕਾਰ ਹੀ ਕੱਢ ਸਕਦੀ ਹੈ ਜੇ ਸਿੱਖਾਂ ਦੇ ਕੁਛ ਮਸਲੇ ਹੱਲ ਕੀਤੇ ਜਾ ਸਕਦੇ ਤਾਂ ਸੈਂਟਰ ਦੀ ਸਰਕਾਰ ਹੀ ਕਰ ਸਕਦੀ ਹੈ ਜੇ ਪੰਜਾਬ ਦੀ ਇੰਡਸਟਰੀ ਬਚਾਈ ਜਾ ਸਕਦੀ ਹੈ ਲਿਆਂਦੀ ਜਾ ਸਕਦੀ ਹੈ ਅਤੇ ਜਾਂ ਕਰਜ਼ੇ ਕੋਈ ਕਰਜ਼ੇ ਕਰਜ਼ਾਈ 'ਚੋਂ ਕੱਢਿਆ ਜਾ ਸਕਦਾ ਤਾਂ ਸੈਂਟਰ ਦੀ ਸਰਕਾਰ ਹੀ ਕਰ ਸਕਦੀ ਹੈ ਪਰ ਲੋਕ ਕਹਿੰਦੇ ਨੇ ਕਿ ਸ਼ਾਇਦ ਨੀਅਤ ਨਹੀਂ ਲੱਗਦੀ 5 ਜਨਵਰੀ ਨੂੰ ਜੋ ਕੁਛ ਹੋਇਆ ਪ੍ਰਧਾਨ ਮੰਤਰੀ ਕਹਿੰਦੇ ਬੜਾ ਕੁਛ ਲੈ ਕੇ ਆਏ ਸੀ ਪਰ ਉਸੇ ਤਰ੍ਹਾਂ ਵਾਪਸ ਲੈ ਕੇ ਚਲੇ ਗਏ ਵੀ ਸ਼ਾਇਦ ਨੀਅਤ ਦੇ ਵਿੱਚ ਕੁਛ ਨਾ ਇਹ ਤਾਂ ਲੋਕਾਂ ਨੇ ਕਿਸੇ ਨੇ ਜਿਹਦੇ ਹੱਕ ਨੇ ਹੱਕ ਕਹੀ ਜਾਣਾ ਕਿਹਦੇ ਖਿਲਾਫ਼ ਹੈ ਖਿਲਾਫ਼ ਕਹਿਣੀ ਹੈ ਮੈਂ ਉਹਦੇ ਬਾਰੇ ਕੁਛ ਨਹੀਂ ਕਹਿਣਾ ਅਤੇ ਢੀਂਡਸਾ ਸਾਹਿਬ ਬ੍ਰਹਮਪੁਰਾ ਦੁਬਾਰਾ ਫਿਰ ਅਕਾਲੀ ਦਲ ਦੇ ਵਿੱਚ ਚਲੇ ਗਏ ਨੇ ਤੁਹਾਨੂੰ ਵੀ ਅਪਰੋਚ ਤਾਂ ਕੀਤਾ ਹੋਣਾ ਅਕਾਲੀ ਦਲ ਨੇ ਮੈਨੂੰ ਬੜੇ ਅਪਰੋਚ ਹੀ ਹੋਈ ਜੀ ਮੈਨੂੰ ਅਪਰੋਚ ਕੀਤੀ ਮੈਨੂੰ ਤਾਂ ਜਦੋਂ ਬਾਲ ਸਾਹਿਬ ਨਾਲ ਬਹੁਤ ਲੰਮਾ ਸਮਾਂ ਰਿਹਾ ਬਾਲ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਨਾ ਛੱਡੋ ਸਾਡੇ ਨਾਲ ਰਹੋ ਮੇਰੇ ਕੋਲ ਬੈਠੇ ਵੀ ਰਹੇ ਕੋਈ ਗੱਲ ਨਹੀਂ ਉਹ ਤਾਂ ਕੁਦਰਤੀ ਸੀ ਕਿਉਂਕਿ ਇੰਨੀ ਦੇਰ ਰਹੇ ਹੋ ਅਤੇ ਲੇਕਿਨ ਮੈਂ ਸਮਝਦਾ ਸੀ ਕਿ ਸੁਖਬੀਰ ਦੇ ਆਉਣ ਨਾਲ ਪਾਰਟੀ ਬਹੁਤ ਹੇਠਾਂ ਚਲੀ ਗਈ ਪਹਿਲੀ ਵਾਰੀ ਹੋਈ ਹੈ ਕਿ ਪਾਰਟੀ ਅਪੋਜੀਸ਼ਨ ਵੀ ਨਹੀਂ ਬੈਠ ਸਕੀ ਅਤੇ ਮੈਂ ਕਿਹਾ ਸੀ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ ਰਿਜ਼ਾਈਨ ਕਰਕੇ ਕਿਸੇ ਨੂੰ ਵੀ ਬਣਾਉਂਦਾ ਮੈਂ ਤਾਂ ਕੈਂਡੀਡੇਟ ਨਹੀਂ ਸੀ ਤੇ ਅਕਾਲੀ ਦਲ ਛੱਡਣ ਦਾ ਇਕੱਲਾ ਹੀ ਇਹੀ ਕਾਰਨ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਜਿਸ ਤਰੀਕੇ ਨਾਲ ਕਾਬਜ਼ ਹੋਏ ਨੇ ਇਕੱਲਾ ਇਹੀ ਕਾਰਨ ਨਹੀਂ 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 ਕਾਬਜ਼ ਅਸੀਂ ਪ੍ਰਪੋਜ਼ ਕੀਤਾ ਸੀ ਨਾ ਉਹਦਾ ਇਹ ਕਾਰਨ ਕੀ ਹੋ ਸਕਦਾ ਉਦੋਂ ਸਾਨੂੰ ਟਰਸਟ ਸੀਗਾ ਕਿ ਨਹੀਂ ਸਾਨੂੰ ਅਸੀਂ ਵੀ ਨਵਾਂ ਮੁੰਡਾ ਹੈ ਕੋਈ ਸ਼ਾਇਦ ਕਰੇਗਾ ਸਾਨੂੰ ਕੀ ਪਤਾ ਸੀ ਇਸ ਪਾਸੇ ਨੂੰ ਤੁਰੇਗਾ ਜੋ ਕੁਛ ਹੋਇਆ ਅਤੇ ਜਿਸ ਤਰ੍ਹਾਂ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ 'ਚ ਜਿਸ ਤਰ੍ਹਾਂ ਸਿਆਸਤ ਨੂੰ ਉੱਪਰ ਲਿਆਉਂਦਾ ਜਾ ਰਿਹਾ ਧਰਮ ਦੇ ਉੱਪਰ ਜਿਸ ਤਰ੍ਹਾਂ ਐਸ ਜੀ ਪੀ ਸੀ ਦਾ ਜੋ ਕੁਛ ਹੋਇਆ ਤੁਹਾਡੇ ਸਾਹਮਣੇ ਹੈ ਜਿਸ ਤਰ੍ਹਾਂ ਸਰਕਾਰ ਵਿੱਚ ਲੁੱਟ ਮਚਾਈ ਗਈ ਸਾਰਾ ਪਤਾ ਹੀ ਹੈ ਇਸ ਕਰਕੇ ਮੈਂ ਸਮਝਦਾ ਕਿ ਇਹ ਗੱਲਾਂ ਤਾਂ ਬੜੀਆਂ ਤੁਹਾਡੇ ਸਾਹਮਣੇ ਮੈਂ ਅੱਜ ਟੀ ਵੀ 'ਤੇ ਬਹੁਤਾ ਕੁਛ ਨਹੀਂ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕੋਈ ਇਸ ਪਾਸੇ ਨਾ ਤੁਰੋ ਇਲੈਕਸ਼ਨ ਆਈ ਹੈ ਇਲੈਕਸ਼ਨ ਲੜ ਦਿਓ
ਇਲੈਕਸ਼ਨ ਖਤਮ ਹੋਣ ਦੇ ਫਿਰ ਤੁਹਾਨੂੰ ਪਤਾ ਲੱਗੇ। ਜੀ ਜੀ ਬਿਲਕੁਲ, ਪਰ ਢੀਂਡਸਾ ਸਾਹਿਬ ਲੋਕ ਤਾਂ ਮੁੱਦਿਆਂ ਦੀ ਗੱਲ ਕਰਦੇ ਨੇ, ਜੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਹਾਲਾਤ ਹੋਏ ਨੇ, ਕਿੱਥੇ ਪੰਜਾਬ ਦੇ ਵਿੱਚ ਪੰਥਕ ਪਾਰਟੀ ਸਭ ਤੋਂ ਵੱਡੀ ਪਾਰਟੀ ਹੁੰਦੀ ਸੀ, ਬਹੁਤ ਮਾੜੀ ਗੱਲ ਹੋਈ। ਜੀ ਅੱਜ ਤੁਹਾਡੀ ਪਾਰਟੀ ਨੂੰ ਵੀ 15 ਸੀਟਾਂ ਮਿਲਦੀਆਂ ਨੇ ਸਿਰਫ ਗੱਠਜੋੜ ਦੇ ਵਿੱਚ, ਇਹ ਹਾਲਾਤ ਹੋ ਗਏ ਨੇ ਕਿ ਬੀਜੇਪੀ 65 ਸੀਟਾਂ ਲੈ ਰਹੀ ਹੈ ਔਰ ਕੈਪਟਨ ਦੀ ਪਾਰਟੀ ਨੂੰ ਵੀ 30 ਤੋਂ ਵੱਧ ਸੀਟਾਂ ਮਿਲ ਰਹੀਆਂ ਨੇ। ਤੇ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਹਾਂ, ਲੋਕਾਂ ਦੇ ਵਿੱਚ ਤਿੰਨ ਹੀ ਮੁੱਦੇ ਨੇ ਨਾਰਾਜ਼ਗੀ ਦੇ, ਬੇਅਦਬੀ ਜਿਹੜੀ ਵਾਪਰੀ ਹੈ ਦੋ ਅਕਾਲੀਆਂ ਦੀ ਸਰਕਾਰ ਵੇਲੇ, ਤੁਸੀਂ ਵੀ ਉਦੋਂ ਹੁੰਦੇ ਸੀਗੇ, ਜਾਂ ਫਿਰ ਸੁਮੇਧ ਸੈਣੀ ਨੂੰ DGP ਲਾਇਆ ਗਿਆ, ਜਾਂ ਫਿਰ ਸੌਦਾ ਜਿਹੜੇ ਸਾਧ ਹੈ ਜਿਸ ਨੂੰ ਲੋਕ ਕਹਿੰਦੇ ਨੇ ਸਿਰਸਾ, ਗੁਰਮੀਤ ਰਾਮ ਰਹੀਮ ਉਸ ਨੂੰ ਮਾਫੀ ਦਿੱਤੀ ਗਈ, ਤਿੰਨ ਮੁੱਦੇ ਬਹੁਤ ਲੋਕਾਂ ਦੀ ਨਾਰਾਜ਼ਗੀ ਦਾ ਕਾਰਨ ਨੇ, ਤੁਸੀਂ ਉਦੋਂ ਵਿੱਚ ਰਹੇ ਹੋ ਸਰਕਾਰ ਦੇ, ਕਿਹਦੀ ਸਲਾਹ ਨਾਲ ਇਹ ਫੈਸਲੇ ਕੀਤੇ ਜਾਂਦੇ ਸੀ? ਕਿਸੇ ਦੀ ਸਲਾਹ ਨਹੀਂ ਲਈ ਗਈ। ਅੱਛਾ, ਸਾਨੂੰ ਇਤਰਾਜ਼ ਰਿਹਾ ਇਸ ਗੱਲ 'ਤੇ, ਅਸੀਂ ਉਠਾਉਂਦੇ ਰਹੇ, ਜਿਵੇਂ ਮੈਂ ਕਿੰਨੀ ਵਾਰੀ ਅਸੀਂ ਗੱਲ ਕੀਤੀ ਬਾਲ ਸਾਹਿਬ ਦੇ ਨਾਲ ਕਿ ਜੀ ਇਹਨਾਂ ਨੂੰ ਕਿਉਂ ਨਹੀਂ, ਤੁਸੀਂ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਕਿਉਂ ਨਹੀਂ ਫੜੇ ਗਏ ਹੁਣ ਤੱਕ? ਉਹ ਕਹਿੰਦੇ ਮੈਂ ਸਿੱਟ ਬਣਾਈ ਹੋਈ ਹੈ, ਮੈਂ ਫੜੂੰਗਾ ਵੀ, ਮੈਂ ਸਜਾਵਾਂ ਵੀ ਦੇਊਂਗਾ, ਪਰ ਉਹ ਸਾਰੇ ਸਰਕਾਰ ਖਤਮ ਹੋ ਗਈ, ਪਰ ਉਹ ਸਿੱਟ ਨੇ ਕੋਈ ਰਿਪੋਰਟ ਨਹੀਂ ਦਿੱਤੀ। ਜੀ ਜੀ ਬਿਲਕੁਲ, ਕਮਿਸ਼ਨ ਦੀ ਵੀ ਰਿਪੋਰਟ ਹਲੇ ਤੱਕ ਜਾਂਦੀ ਕਿਸੇ ਨਾ, ਕਮਿਸ਼ਨ ਦੀ ਰਿਪੋਰਟ ਆਈ, ਔਰ ਇਹ ਬਹੁਤ ਮੁੱਦੇ ਸੀ ਐਸੇ ਜਿਹੜੇ ਅਖੀਰ ਨੂੰ ਕਦੇ ਕੋਈ ਪਾਰਟੀ ਇਹਨਾਂ 'ਚ ਇੰਨੀ ਦੇਰ ਇੰਨਾ ਜੇਲ੍ਹਾਂ ਕੱਟ ਕੇ ਇੰਨਾ ਕੁਛ ਕਰਕੇ ਛੱਡਣਾ ਕੋਈ ਸੌਖਾ ਨਹੀਂ ਹੁੰਦਾ। ਕੋਈ ਬਹੁਤ ਵੱਡੇ ਸਿਧਾਂਤ ਜਦੋਂ ਹੋਣ ਨਾ, ਉਹਨੂੰ ਜਾ ਕੇ ਛੱਡੀ ਜਾ ਸਕਦੀ ਹੈ। ਮੈਂ ਤਾਂ ਹੁਣ ਕੋਈ ਇਲੈਕਸ਼ਨ ਨਹੀਂ ਲੜਨੀ, ਮੈਂ ਤਾਂ ਕੋਈ ਪਾਵਰ ਨਹੀਂ ਲੈਣੀ, ਮੈਂ ਤਾਂ ਕੁਛ ਨਹੀਂ, ਮੈਂ ਤਾਂ ਇੱਕ ਸਿਧਾਂਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਵੇਂ ਸਿਧਾਂਤਕ ਤੌਰ 'ਤੇ ਉਹਨੂੰ ਬਚਾਇਆ ਜਾ ਸਕੇ। ਹੁਣ ਪਤਾ ਨਹੀਂ ਲੋਕਾਂ ਦੇ, ਤਾਂ ਦੇਖ ਲਿਆ, ਦੇਖ ਹੀ ਲਿਆ ਤੁਸੀਂ ਜਿਸ ਤਰ੍ਹਾਂ ਦੇ ਲੋਕ ਨੇ। ਪਰ ਲੋਕ ਇਹੀ ਸਵਾਲ ਪੁੱਛਦੇ ਨੇ ਕਿ ਕੀ ਬੀਜੇਪੀ ਦੇ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਇਆ ਜਾ ਸਕਦਾ ਹੈ? ਲੋਕ ਇਹੀ ਮੰਨਦੇ ਨੇ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨਾਲ ਗੱਠਜੋੜ ਕੀਤਾ ਸੀ ਤਾਂ ਹੀ ਅੱਜ ਇਸ ਹਾਲਾਤ ਤੱਕ ਆ ਗਈ ਹੈ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ, ਤਾਂ ਤੁਹਾਨੂੰ ਕੀ ਭਵਿੱਖ ਦਿਖਦਾ ਹੈ? ਦੇਖੋ ਮੇਰੀ ਗੱਲ ਸੁਣੋ, ਸਾਨੂੰ ਇਹ ਹੈ ਕਿ ਅਸੀਂ ਪਾਰਟੀ ਨੂੰ ਬਚਾਉਣਾ ਚਾਹੁੰਦੇ ਹਾਂ। ਇਹ ਨਹੀਂ ਮੈਂ ਕਹਿੰਦਾ ਵੀ ਛੋਟੀ ਹੈ ਸਾਡੀ ਪਾਰਟੀ, ਵੱਡੀ ਹੈ ਕੁਛ, ਲੇਕਿਨ ਪਾਰਟੀ ਦੇ ਸਿਧਾਂਤਾਂ ਨੂੰ ਬਚਾਉਣਾ ਚਾਹੁੰਦੇ ਹਾਂ। ਜੇ ਪਾਰਟੀ ਦੇ ਸਿਧਾਂਤ ਤਾਂ ਹੀ ਬਚਣਗੇ ਜੇ ਅਸੀਂ ਕੁਛ ਸਿੱਖਾਂ ਦਾ ਕੁਛ ਕਰ ਸਕਾਂਗੇ, ਤੇ ਸਿੱਖਾਂ ਦਾ ਕੌਣ ਕਰ ਸਕਦਾ? ਤੇ ਸੈਂਟਰ ਦੀ ਸਰਕਾਰ ਹੈ। ਪਿਛਲੇ ਦਿਨੀ ਢੀਂਡਸਾ ਸਾਹਿਬ ਤੁਸੀਂ ਗਏ ਹੋ, ਤੁਸੀਂ ਪਹਿਲੇ ਹੋ ਜਿਹੜੇ ਸੂਚੀ ਲੈ ਕੇ ਗਏ ਹੋ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ, ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਵੋਟਾਂ ਤੋਂ ਪਹਿਲਾਂ ਰਿਹਾਈ ਦੀ ਕੋਈ ਆਸ ਹੈਗੀ ਹੈ? ਦੇਖੋ ਅਸੀਂ ਤਾਂ ਰਿਕੁਐਸਟ ਹੀ ਕਰ ਸਕਦੇ ਹਾਂ, ਉਹ ਕਹਿੰਦੇ ਸੀ ਉਹਨੇ ਸਾਨੂੰ ਯਕੀਨ ਦਵਾਇਆ ਵੀ ਅਸੀਂ ਇਸ 'ਤੇ ਵਿਚਾਰ ਕਰ ਰਹੇ ਹਾਂ। ਜੀ, ਉਹਨਾਂ ਨੂੰ ਪੂਰਾ ਯਕੀਨ ਦਵਾਇਆ, ਇਹ ਨਹੀਂ ਪਤਾ ਇਲੈਕਸ਼ਨ ਤੋਂ ਪਹਿਲਾਂ ਹੋਊਗਾ ਕੀ ਹੋਊਗਾ ਕੀ ਨਹੀਂ, ਕਦੋਂ ਹੋਣਾ, ਪਰ ਉਹ ਇਹ ਗੱਲ ਮਹਿਸੂਸ ਉਹ ਕਰਦੇ ਨੇ ਕਿ ਹਾਂ ਹੁਣ ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਪਰ ਢੀਂਡਸਾ ਸਾਹਿਬ ਇਸ ਗੱਲ ਦੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਹੈਗੀ, ਅਸੀਂ ਵੀ ਕਈ ਵਾਰੀ ਸਮਝ ਨਹੀਂ ਪਾਉਂਦੇ ਕਿ ਜਦੋਂ ਤਾਕਤ ਹੁੰਦੀ ਹੈ ਹੱਥ ਦੇ ਵਿੱਚ, ਜਦੋਂ ਸੱਤਾ ਹੁੰਦੀ ਹੈ, ਉਦੋਂ ਇਹ ਮੁੱਦੇ ਹੱਲ ਨਹੀਂ ਕੀਤੇ ਜਾਂਦੇ। ਜਦੋਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਤੋਂ ਦਿੱਲੀ ਤੋਂ ਪੰਜਾਬ ਸ਼ਿਫਟ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਸੁਖਬੀਰ ਬਾਦਲ, ਉਦੋਂ ਤੁਹਾਡੀ ਸਰਕਾਰ ਹੁੰਦੀ ਸੀ, ਤਾਂ ਉਹਨਾਂ ਨੇ ਕਿਹਾ ਸੀ, ਮਨਾ ਕਰਤਾ ਸੀਗਾ ਪੰਜਾਬ ਦੇ ਵਿੱਚ ਸੁਰੱਖਿਆ ਦਾ ਹਵਾਲਾ ਦੇ ਕੇ, ਤੁਸੀਂ ਵੀ ਉਦੋਂ ਸਰਕਾਰ ਦੇ ਵਿੱਚ ਹੁੰਦੇ ਸੀ, ਤਾਂ ਕੀ ਇਹ ਸਿਰਫ ਸਿਆਸੀ ਮੁੱਦੇ ਬਣ ਕੇ ਰਹਿ ਜਾਂਦੇ? ਇੱਕ ਮੇਰੀ ਗੱਲ ਸੁਣੋ, ਸਰਕਾਰ ਇੱਕ ਵੱਖਰੀ ਹੈ, ਪਾਰਟੀ ਵੱਖਰੀ ਹੈ। ਮੇਰਾ ਸਰਕਾਰ ਵਿੱਚ ਸਾਡੀ ਕੋਈ ਗੱਲ ਸੁਣੀ ਨਹੀਂ ਸੀ ਜਾ ਰਹੀ, ਸਾਡੇ ਛੱਡਣਾ ਕਰਨਗੇ, ਕਿਉਂਕਿ ਸਰਕਾਰ ਨੇ ਐਸੇ ਫੈਸਲੇ ਕੀਤੇ ਜਿਹੜੇ ਪੰਥਕ ਹਿੱਤਾਂ ਦੇ ਖਿਲਾਫ ਸੀ, ਅਤੇ ਇਸੇ ਕਰਕੇ ਕਈ ਮੁੱਦੇ 'ਤੇ ਜਿਹਨਾਂ ਕਰਕੇ ਸਾਨੂੰ ਛੱਡਣਾ ਪਿਆ। ਹੋਰ ਕੋਈ ਜੀ ਕਰਦਾ ਸੀ ਸਾਡੇ ਸਾਨੂੰ ਕੋਈ ਪਾਰਟੀ ਛੱਡਦਾ ਕਦੇ ਇਸ ਤਰ੍ਹਾਂ? ਇੰਨੀ ਦੇਰ ਇੰਨੀਆਂ ਸਜਾਵਾਂ ਕੱਟ ਕੇ, ਇੰਨਾ ਦੁੱਖ ਸਹਿ ਕੇ, ਔਰ ਪਾਰਟੀ ਨੂੰ ਖੜਾ ਰੱਖਣ ਲਈ ਕੀਤਾ ਜਾਵੇ, ਅਤੇ ਉਹਨੂੰ ਛੱਡਣਾ ਕੋਈ ਸੌਖਾ ਤਾਂ ਹੈ ਨਹੀਂ। ਕਿਸੇ ਬਹੁਤ ਵੱਡੀਆਂ ਗੱਲ ਘਟਨਾਵਾਂ ਹੋਣ ਜਾਂ ਬਹੁਤ ਵੱਡੇ ਸਿਧਾਂਤਾਂ ਦੇ ਖਿਲਾਫ ਹੋਵੇ ਤਾਂ ਹੀ ਛੱਡੀ ਜਾ ਸਕਦੀ ਹੈ। ਪਰ ਫਿਰ ਵੀ 2015 'ਚ ਬੇਅਦਬੀ ਹੋਈ, 2019 'ਚ ਤੁਸੀਂ ਛੱਡੀ ਪਾਰਟੀ, ਤਾਂ ਇੰਨੇ ਸਾਲ ਕਿਉਂ ਲੱਗ ਗਏ? ਹਾਂ ਉਹਦੇ ਤਾਂ ਸੁਣ ਲਓ, ਜਦੋਂ ਬੇਅਦਬੀ ਹੋਈ ਹੈ, ਮੈਂ ਬਾਦਲ ਸਾਹਿਬ ਨੂੰ ਕਿਹਾ ਕਿ ਚਿੱਠੀ ਲਿਖੀ ਗਈ, ਇਹ ਹਿਸਟੋਰਿਕ ਹੈ, ਚਿੱਠੀ ਲਿਖੀ ਗਈ ਬੜੇ ਬੁੱਧੀਜੀਵੀਆਂ ਤੋਂ ਲਿਖਾਈ ਗਈ ਕਿ ਉਹ ਜਾ ਕੇ ਬਾਦਲ ਸਾਹਿਬ ਮਾਫ਼ੀ ਮੰਗਣਗੇ, ਇਹ ਨਹੀਂ ਮਾਫ਼ੀ ਮੰਗਣਗੇ, ਉਹ ਜਾ ਕੇ ਕਹਿਣਗੇ ਵੀ ਦੇਖੋ ਮੈਂ ਪੂਰੀ ਯਤਨ ਕਰ ਰਿਹਾ ਕਰੂੰਗਾ ਕਿ ਮੈਂ ਸਜਾਵੇਂ ਦੇਊਂਗਾ ਫੜੂੰਗਾ ਵੀ, ਲੇਕਿਨ ਕਿਉਂਕਿ ਮੇਰੇ ਰਾਜ ਪ੍ਰਬੰਧ 'ਚ ਹੋਇਆ, ਇਸ ਕਰਕੇ ਮੈਂ ਪੰਥ ਤੋਂ ਵੀ ਅਤੇ ਅਕਾਲ ਤਖ਼ਤ ਸਾਹਿਬ ਤਹਿਤ 'ਤੇ ਮਾਫ਼ੀ ਮੰਗਦਾ। ਅਤੇ ਚੱਲੇ ਵੀ ਤੁਰ ਵੀ ਪਏ, ਲੇਕਿਨ ਰਸਤੇ 'ਚ ਮੁੜੇ ਕਿਸੇ ਨੇ ਮੋੜ 'ਤੇ। ਅਤੇ ਇਹਨਾਂ ਗੱਲਾਂ ਨਾਲ ਇਹ ਨਹੀਂ ਹੈ ਕਿ ਅਸੀਂ ਕੋਈ ਕੋਸ਼ਿਸ਼ ਨਹੀਂ ਕੀਤੀ, ਅਸੀਂ ਬੜੀ ਕੋਸ਼ਿਸ਼ ਕਰਦੇ ਰਹੇ। ਬਾਲ ਸਾਹਿਬ ਨੇ ਵੀ ਅਸੀਂ ਕਿਹਾ ਉਹਨੂੰ ਪਤਾ ਨਹੀਂ ਕਿਸ ਬੰਦੇ ਨੇ ਰੋਕਿਆ, ਸਾਨੂੰ ਤਾਂ ਇਹ ਨਹੀਂ ਸਮਝ ਆਈ, ਮਤਲਬ ਹਾਲੇ ਤੱਕ ਤੁਹਾਨੂੰ ਪਤਾ ਨਹੀਂ ਲੱਗੇ ਵੀ ਕੌਣ ਇਹੋ ਜਿਹੀਆਂ ਸਲਾਹਾਂ ਦਿੰਦਾ ਸੀ ਕਿ ਉਹਨਾਂ ਨੇ ਆਪਦਾ ਆਪ ਵੀ ਤਾਂ ਨੁਕਸਾਨ ਕੀਤਾ ਨਾ। ਅੱਜ ਪਾਰਟੀ ਤੀਸਰੇ ਨੰਬਰ ਦੀ ਪਾਰਟੀ ਹੈ, ਤੀਸਰੇ ਤੇ ਚੌਥੇ ਤੇ ਆਊਗੀ ਹੁਣ, ਇਹ ਨਹੀਂ ਹੈ ਮੈਂ ਕਹਿੰਦਾ, ਮੈਂ ਸਮਝਦਾ ਕਿ ਇਹ ਅਸੀਂ ਕੋਸ਼ਿਸ਼, ਸਾਨੂੰ ਤਾਂ ਇਹ ਨਹੀਂ ਪਤਾ ਵੀ ਉਹਦੇ ਪਿੱਛੇ, ਹੁਣ ਦੇਖ ਹੀ ਲਿਆ ਵੀ ਕੌਣ ਕੌਣ ਨੇ, ਸੁਖਬੀਰ ਦੇ ਆਲੇ ਦੁਆਲੇ ਤੁਹਾਡੇ ਸਾਹਮਣੇ ਹੈ ਹੀ ਨਾ,
कोई है पंथक बंदा, कोई है अकाली दल पुराना, इस करके इन गलों देख के छड़ के पंथ का नुकसान हो रहा है, श्रोमणी अकाली दल का नुकसान हो रहा है, उस करके सानू छड़ना पिया। बिल्कुल। सो जे आपां गल कर लीए दिल्ली कमेटी दी, मैं तुहानू दुबारा उत्थे जे लैके जावां, जो कुछ श्री गुरु ग्रंथ साहिब जी दी हजूरी दे विच होया ढींसा साहिब बीजेपी दे नाल, हुण तुहाडा गठजोड़ है उत्थे, पुलिस बुलाई गई, पुलिस बल तैनात कीता गया, उस तों बाद जिस तरीके दे नाल सारा वोटिंग होई है, तां जिहड़ा पुलिस बुलाई गई है उस नूं लैके सिख कौम बड़ी दुखी हैगी है, तां की उह बीजेपी दी सहमति दे नाल बुलाई गई, किहदी सहमति नाल? इह तां मैनूं नहीं पता, मैं नहीं कह सकदा, मैं तां अखबारां 'च पढ़िया, मैं तां उहदे 'च कोई इंट्रस्ट नहीं लिया इलैक्शनां 'च। जिस तरीके दे नाल श्रोमणी अकाली दल दे हालात हैगे ने, लोक बादल परिवार तो अके होए ने पूरी तरह, सारे सिख भी कहिंदे ने अकाली दल ना कदे खत्म होना है, ना होना चाहिदा, बादल परिवार इत्थों जाना चाहिदा, ते उत्थों वक्ख हो के तुहानू वी जां तुहाडे वर्गियां पंथक धिरां नू कोई वड्डा साथ नहीं मिल रहा, की कारण तुसीं मानदे हो कि लोकां दा भरोसा बज नहीं रहा? देखो वक्त आऊगा, तुसीं देखोगे लोकां दी, जिसे किसी नाल गल करके देखो, तुसीं जो बादल दल दे विच ने, वो कहते कोई नहीं जी इलैक्शन लंघ लैन दिओ जी, यार देख रहे जी टिकट का देख लिया जी, असी IGP की टिकट का देख लिया जी, वो गल्लां उन्होंने दिल, जे उन्होंने गल करो भी कि सिद्धांतक तौर पर ठीक है, नहीं जी गलत है, पर जिस तरह के हालात बने ने तुसीं भी जानते हो, मैं भी जानना, जिस तरह लोगों में एक दौड़ लगी हुई है कि मैनू कितों भी मिले पावर, मैं किसी ते चले जावा, उहदे वल नूं तुरे होए ने, उहदे वक्त दसेगा जी। जी ते ढींसा साहब, बीजेपी अकाली दल दे विच जिवें तुसीं कहा कि डिक्टेटरशिप हुंदी सी, सुखबीर बादल ने तुहाडी गल नहीं मन्नी हैगी, तुसीं मौका तां दित्ता सी, तुहाडे नाल ही तुहानूं इगनोर कीता जांदा सी कि सारे लीडरां नाल इवें हुंदा सी? उह तां सारिआं नाल ही हुंदा सी, जिहड़े वड्डे लीडर सी उह सारिआं नाल ही, बरमपुरा साहिब नाल भी उही होया, सारिआं नाल होया सी, उह तां ठीक है, हुण पता नहीं की किस हालातां नूं चले, जिन्ना बरमपुरा साहिब ते मैं मर सकदा, मैं वापस नहीं जा सकता, पता नहीं उन्होंने क्यों गए, वो तो वही जवाब दे सकते हैं। बिल्कुल, पर वही उस करके लोगों का भरोसा नहीं बढ़ता, जिवें हुण दोबारा गठजोड़ दीआं गल्लां हुंदीआं ने, उन्होंने लगता कि ब्रह्मपुरा जी जा सकते हैं, एडे एडे दावे करते सी, ते हो सकता कल नूं तुहाडे भी समीकरण इहो जिहे बण जाण। नहीं मेरा तो मतलब नहीं, मेरा तो मैं तो तुहानूं दस्सिया भी असीं तां इक सिद्धांतक तौर ते करने आ, उस सिद्धांत नूं असीं छड्ड नहीं सकदे। मान लो जे बीजेपी ते अकाली दल दा कल नूं गठजोड़ हो जांदा, फिर तुहाडा की स्टैंड? नहीं मैं बीजेपी, मैं भी साडा बीजेपी नाल गठजोड़ नहीं रहेगा। ठीक है, तुसीं तोड़ दोगे? हाँ जी। ते कैप्टन अमरिंदर सिंह ने 4.5 सालों कुर्सी ते रहे ने, उन्हां दी कोई बहुती कारगुजारी रही नहीं है, ते उन्हां दे नाल भी की गठजोड़ दा तुहानूं? देखो मैं असीं उन्हां नूं बड़ा क्रिटिसाइज़ कीता है, लेकिन तुहानूं पता वी जदों गठजोड़ हुंदे उहदे च कई गल्लां छड्ड के सांझे प्रोग्राम नाल तुरना पैंदा, असीं पहलां क्रिटिसाइज़ करदे रहे आ, गल डट के कीता है। ढींसा साहिब इक वी चर्चा चलदी है, बस करिए हुण बहुत हो गया, मैं बस दो तीन सवाल रहे। ढींसा साहब ये भी एक चर्चा चलती है कि पद्म भूषण जिहड़ा पुरस्कार तुहानूं मिलिया सी, उहो बादलां नालों वख करन दे लई बीजेपी ने तुहानूं दित्ता सी, किन्ना सच है इहदे विच? इह तां हुण लोकां नूं कहिंदे मैनूं वापस क्यों करदा फिर मैं जी, वापस कीता मैं, वापस इस करके कीता क्योंकि किसानां दा मोर्चा लग्गिया होया सी जी जी। इह तां गल्लां ने की पद्म भूषण पहलां बादल साहब नूं मिलिया, उहनूं किसे वेस्ते दित्ता जी जी, जे मैनूं दित्ता ते मैनू उन्हां नूं वखरा करन नूं कीता, बीजेपी तां नाल सी उन्हां दे जी जी जी, यानी कि लोकां दा इह जिहड़ा कहना बिल्कुल गलत है। सो एक दो सवाल रह गए ने ढींसा साहब, तुसीं अपनी जिंदगी दे विच कोई सियासी झोरा है तुहानूं? मैनूं जिंदगी च कदे कोई झोरा नहीं रहा, वाहिगुरू जाणदा उस अकाल पुरख की मेहरबानी है कि मैं चाहे मैं जितया चाहे हारिया, हालांकि इलैक्शन मैं बहुत जितया, मैं दो तीन इलैक्शन हारिया भी हाँ, ये तो खैर पार्ट है एक, ये तो कोई दौरा नहीं, मैं 4 MLA भी रहा, 4 चौथी बारी हूँ MP भी हाँ, मैं छोटी इलैक्शन कोई नहीं जी मैं नहीं जितया, चाहे सरपंच ही ला लो, कॉलेज की प्रधानगी ला लो, मार्केट कमेटी दलैक्शन होंदिया सी चेयरमैन बनया मैं वो ला लो, चाहे बैंक का मैं MD बनया वह ला लो, कोई इलैक्शन मैं हारिया नहीं जी, लेकिन 97 आके मैं इलैक्शन हारिया, उस बाद फिर सेंटर चलिया गया, तो मैनू कोई झोरा नहीं, दूजी मैं एक बार फिर हारिया लोग सभा, तो मैनू कोई झोरा कदे होया ही नहीं जी जी। जो मैं 97 की इलैक्शन लड़िया, बच्चे पूछ लो तुम मेरे साथियों नैचुरली उन्होंने मन में गुस्सा हों, अफसोस कई रोते भी सी, होर मैं कहना जो करता जो गुरु करता किसी
ਚੰਗੇ ਲਈ ਕਰਦਾ ਜੀ। ਤੇ ਤੁਹਾਡੇ ਵੇਲੇ ਸਿਆਸਤ ਬੜੀ ਸਾਫ ਸੁਥਰੀ ਹੁੰਦੀ ਸੀ, ਅੱਜ ਦਾ ਜਿਹੜਾ ਮਾਹੌਲ ਹੈ ਤੁਹਾਡਾ ਆਜ਼ਾਦੀ ਤੋਂ ਪਹਿਲਾਂ ਦਾ ਜਨਮ ਹੈਗਾ ਆ, ਅੱਜ ਦਾ ਜਿਹੜਾ ਮਾਹੌਲ ਹੈ ਉਹ ਦੂਸ਼ਣਬਾਜ਼ੀ ਬੜੀ ਹੁੰਦੀ ਹੈ, ਉਹ ਵੀ ਇਸ ਪੱਧਰ ਦੀ ਕਿ ਸ਼ਰਮ ਆ ਜਾਂਦੀ ਹੈ ਲੋਕਾਂ ਨੂੰ ਵੀ ਸੁਣ ਕੇ ਕਿਸ ਤਰੀਕੇ ਦੀ ਦੂਸ਼ਣਬਾਜ਼ੀ ਕਰਦੇ ਹੋ, ਕੀ ਤੁਸੀਂ ਇਸ ਮਾਹੌਲ ਨੂੰ ਕਿਵੇਂ ਤੁਸੀਂ ਨਜਿੱਠਦੇ ਹੋ? ਤੁਹਾਡੇ ਬਾਰੇ ਵੀ ਕਈ ਵਾਰੀ ਬਹੁਤ ਮਾੜੀ ਗੱਲ ਹੋ ਰਹੀ ਹੈ। ਸਾਡੇ ਵੇਲੇ ਇੰਨੀ ਸੱਚੀ ਸੁੱਚੀ ਪੋਲਿਟਿਕਸ ਸੀ, ਵੈਸੇ ਪਤਾ ਨਹੀਂ ਗੁਰੂ ਨੇ ਕੀ ਚੇਂਜ ਲਿਆਂਦੀ ਹੈ। 1972 'ਚ ਮੈਂ ਇਲੈਕਸ਼ਨ ਲੜਿਆ ਇੰਡੀਪੈਂਡੈਂਟ, ਇਲੈਕਸ਼ਨ ਵੀ ਵੱਡੇ ਸੀਗੇ, ਕੈਨ ਯੂ ਇਮੈਜਿਨ ਕਿ ਮੈਨੂੰ 18,000 'ਚ ਮੈਂ MLA ਬਣ ਗਿਆ ਸੀ ਅਤੇ ਹਰੇਕ ਪਿੰਡ 'ਚ ਮੈਂ ਗਿਆ, ਹਰੇਕ ਪਿੰਡ 'ਚੋਂ ਮੈਨੂੰ ਪੈਸੇ ਦਿੱਤੇ ਇਕੱਠੇ ਕਰਕੇ ਉਹਨਾਂ, ਕਿਤੇ 500 ਕਦੇ 700, ਉਦੋਂ ਪੈਸੇ ਵੀ ਥੋੜ੍ਹੇ ਨਹੀਂ ਹੁੰਦੇ ਸੀ, 72 ਦੀ ਗੱਲ, ਅਤੇ ਕੋਈ ਪਿੰਡ ਐਸਾ ਨਹੀਂ ਸੀ ਜਿਹਨੇ ਮੈਨੂੰ ਪੈਸੇ ਨਹੀਂ ਦਿੱਤੇ, ਮੇਰੇ ਕੋਲ ਪੈਸੇ ਬਚੇ। ਲੇਕਿਨ ਇਲੈਕਸ਼ਨ 'ਤੇ ਸਿਰਫ 18,000 ਰੁਪਇਆ ਖਰਚਾ, ਲੇਕਿਨ ਕੀ ਅੱਜ ਸੋਚ ਸਕਦਾ ਕੋਈ ਮੈਂਬਰ ਬਣ ਸਕਦਾ ਪੰਚਾਇਤ ਦਾ ਵੀ? ਅਤੇ ਉਦੋਂ ਢੀਂਡਸਾ ਸਾਹਿਬ ਜਦੋਂ ਸਾਡੇ ਵੀ ਮਾਂ ਪਿਓ ਦੱਸਦੇ ਹੁੰਦੇ ਨੇ, ਦਾਦਾ ਦਾਦੀ ਦੱਸਦੇ ਹੁੰਦੇ ਨੇ ਕਿ ਅਕਾਲੀ ਵਰਕਰਾਂ ਦੀ ਇੰਨੀ ਕੁ ਜ਼ਿਆਦਾ ਇੱਜ਼ਤ ਹੁੰਦੀ ਸੀਗੀ, ਜਦੋਂ ਪਿੰਡ ਦੇ ਵਿੱਚ ਤੁਰਦੇ ਹੁੰਦੇ ਸੀ ਲੋਕ ਖੜ ਕੇ ਸਲਾਮਾਂ ਕਰਦੇ ਸੀ, ਉਹ ਵੇਲਾ ਤੁਸੀਂ ਵੀ ਦੇਖਿਆ, ਕਿਹੋ ਜਿਹਾ ਉਸ ਵੇਲੇ ਅਤੇ ਅੱਜ ਵੇਲੇ 'ਚ ਕਿੰਨਾ ਕੁ ਫਰਕ ਹੈ? ਦੇਖੋ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਤਾਂ ਅਕਾਲੀਆਂ ਨੂੰ ਉਨੀ ਨਫ਼ਰਤ ਕਰਦੇ ਆ ਜਿੰਨੀ ਬਾਕੀ ਨੂੰ ਕਰਦੇ ਆ। ਅੱਜ ਸਿਆਸਤੀ ਅਸੀਂ ਚਲੀ ਗਏ, ਕਿਸੇ ਟਾਈਮ ਸੀ ਅਕਾਲੀ ਦਾ ਸੱਚੇ ਸੁੱਚੇ ਸੀ, ਅਕਾਲੀ ਦਾ ਜਦੋਂ ਮੋਰਚਾ ਲੱਗਦਾ ਸੀ ਕਸ਼ਹਿਰਾ ਦਾ ਬਣਾ ਕੇ ਤੁਰ ਪੈਂਦੇ ਸੀ, ਅਸੀਂ ਵੀ ਮੋਰਚਿਆਂ 'ਚ ਬਹੁਤ ਬਹੁਤ ਜਥਿਆਂ 'ਚ ਲੈ ਕੇ ਗਏ ਆ, ਅਤੇ ਕਿਸੇ ਨੂੰ ਗਏ, ਕਿਸੇ ਨੇ ਕੋਈ ਮੰਗਿਆ ਨਹੀਂ, ਕੋਈ ਪੈਸਾ ਨਹੀਂ ਮੰਗਿਆ ਕਿਸੇ ਨੂੰ, ਅਤੇ ਸਾਡੇ ਨਾਲ ਜੇਲ੍ਹਾਂ 'ਚ ਕੋਈ 6 ਮਹੀਨੇ ਕੋਈ ਸਾਲ ਇਸ ਤਰ੍ਹਾਂ ਰਹੇ ਨੇ ਵਰਕ, ਕਦੇ ਕਿਸੇ ਨੇ ਕੁਛ ਨਹੀਂ, ਇੰਨਾ ਉਹਦੇ ਪਰਿਵਾਰਾਂ ਨੇ ਵੀ ਕੁਛ ਕਿਹਾ। ਮੇਰੇ ਮੈਂ ਜਦੋਂ ਸ਼ੁਰੂ ਹੋਇਆ ਮੇਰਾ ਪਰਮਿੰਦਰ ਵੀ ਤਾਂ ਉਹਦੇ ਪੈਦਾ ਵੀ ਨਹੀਂ ਸੀ ਹੋਏ ਸੀ ਜਦੋਂ ਉਹਦੇ ਜੇਲ੍ਹਾਂ 'ਚ ਜਾਣ ਲੱਗਿਆ। ਕੋਈ ਇਹੋ ਜਿਹੀ ਗੱਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਜਿਹਦੇ ਤੁਹਾਨੂੰ ਮਤਲਬ ਅੱਜ ਲੋਕ ਹੁੰਦਾ, ਲੋਕਾਂ ਨੂੰ ਹੁੰਦਾ ਕਿ ਹਾਂ ਪਤਾ ਨਾ ਲੱਗੇ ਮੇਰਾ, ਮੈਂ ਅਕਾਲੀ ਹਾਂ, ਕਈਆਂ ਨੂੰ ਜਿਹੜੇ ਵਰਕਰ ਜੁੜੇ ਹੋਏ ਨੇ, ਪਰ ਤੁਸੀਂ ਕੋਈ ਇਹੋ ਜਿਹੀ ਗੱਲ ਕੋਈ ਮਾਣ ਵਾਲੀ ਤੁਹਾਨੂੰ ਯਾਦ ਹੋਵੇ ਵੀ ਹਾਂ ਅਕਾਲੀ ਹੁੰਦੇ ਹੋਏ ਅਸੀਂ ਆਹ ਕੀਤਾ ਸੀਗਾ ਅਤੇ ਲੋਕ ਸਾਨੂੰ ਸਲਾਮਾਂ ਕਰਦੇ ਹੁੰਦੇ ਸੀ? ਦੇਖੋ ਅਕਾਲੀ ਹੁੰਦੇ ਹੋਏ ਅਸੀਂ ਐਸੀਆਂ ਜੇਲ੍ਹਾਂ ਵੀ ਕੱਟੀਆਂ ਜਿਹਦੇ 'ਚ ਸਾਨੂੰ 6-6 ਮਹੀਨੇ ਕਿਸੇ ਨੂੰ ਮਿਲਣ ਤੱਕ ਨਹੀਂ ਦਿੱਤਾ ਪਰਿਵਾਰ ਨੂੰ, ਸਾਨੂੰ 2,000 ਕਿਲੋਮੀਟਰ ਬਾਹਰ ਰੱਖਿਆ ਗਿਆ, ਸੋਲਟਰੀ ਕਨਫਾਈਨਮੈਂਟ, ਜੇਲ੍ਹ 'ਚ ਵੀ ਕਿਸੇ ਨੂੰ ਮਿਲਣੇ ਦਿੱਤਾ, ਲੇਕਿਨ ਮਨ 'ਚ ਕਦੇ ਜਲਾਲ ਨਹੀਂ ਆਇਆ, ਕਦੇ ਕਿਸਮ ਦਾ ਨਹੀਂ ਆਇਆ। ਸਾਨੂੰ ਤਾਂ ਉਹ ਜ਼ਿਆਦਾ ਕਹਿੰਦੇ ਐਜ਼ ਅਕਾਲੀ, ਸਾਨੂੰ ਇਹ ਹੈ ਕਿ ਇਕੱਲੇ ਅਕਾਲੀ ਨੇ ਜਿਹੜੇ ਹੁਣ ਤੱਕ ਪੰਜਾਬ ਦੇ ਖਿਲਾਫ਼ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਰਹੇ ਨੇ, ਕੋਈ ਪਾਰਟੀ ਨਹੀਂ, ਚਾਹੇ ਆਜ਼ਾਦੀ ਤੋਂ ਬਾਅਦ ਲਾ ਲਓ ਚਾਹੇ ਆਜ਼ਾਦੀ ਤੋਂ ਪਹਿਲਾਂ ਲਾਓ, ਪੰਜਾਬ ਦੇ ਹਿੱਤਾਂ ਲਈ ਕੋਈ ਲੜਿਆ ਹੋਵੇ ਮੈਨੂੰ ਦੱਸੋ, ਅਤੇ ਸਿਰਫ ਅਕਾਲੀ ਲੜਦੇ ਰਹੇ ਨੇ, ਅਤੇ ਸਿਰਫ ਅਕਾਲੀ ਲੜਦੇ ਰਹੇ ਨੇ। ਮੈਨੂੰ ਨਹੀਂ ਲੱਗਦਾ ਵੀ ਇਹ ਸਾਲਾਤ ਸਾਡੇ ਜ਼ਿੰਦਗੀ 'ਚ ਲੱਗਦਾ ਨਹੀਂ ਮਿਲੇਗਾ। ਉਹਦੇ ਬਾਅਦ ਅਖੀਰ ਨੂੰ ਵਾਹਿਗੁਰੂ ਦੇਖ ਹੀ ਰਿਹਾ ਨਾ, ਸਤਿਗੁਰੂ ਮਿਹਰ ਕਰੇ, ਸਤਿਗੁਰ ਮਿਹਰ ਕਰੇ, ਅਸੀਂ ਉਸ ਸਿਚੁਏਸ਼ਨ 'ਤੇ ਦੁਬਾਰਾ ਆ ਸਕੀਏ। ਜਿਹੜਾ ਲੋਕ ਕਹਿੰਦੇ ਨੇ ਵੀ ਇਕੱਲਾ ਬਾਦਲ ਪਰਿਵਾਰ ਅਕਾਲੀ ਦਲ 'ਚੋਂ ਜੇ ਮਨਫੀ ਕਰ ਦਿੱਤਾ ਜਾਵੇ ਤਾਂ ਸ਼ਾਇਦ ਅਕਾਲੀ ਦਲ ਮੁੜ ਤੋਂ ਉਸਰ ਸਕਦਾ, ਇਹ ਸੱਚ? ਦੇਖੋ ਮੇਰੀ ਗੱਲ ਸੁਣੋ, ਸੁਖਵੀਰ ਨੇ ਜਿਹੜੇ ਬੰਦੇ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਹੋਰ ਉਹ ਤਾਂ ਨਿਕਲਤੇ ਸਾਰੇ। ਹੁਣ ਮੈਨੂੰ ਦੱਸੋ ਵੀ ਕੋਈ ਐਸੀ ਗੱਲ ਹੈ ਜਿਹੜੀ ਤੁਸੀਂ ਇਹ ਕਹਿ ਸਕੋ ਬਈ ਅਕਾਲੀ ਦਲ ਵਾਲੀ ਕੋਈ ਗੱਲ ਕਰੀਏ, ਕੋਈ ਸੁਖਵੀਰ ਦੇ ਆਲੇ ਦੁਆਲੇ ਅਕਾਲੀ ਹੈ? ਸੁਖਵੀਰ ਆਪ ਕਦੇ ਜੇਲ੍ਹ ਗਿਆ? ਬਿਕਰਮ ਮਜੀਠੀਆ ਦੀ ਜੇ ਗੱਲ ਕਰ ਲਈਏ, ਅੱਜ ਇਹ ਹਾਲਾਤ ਨੇ, ਤੁਸੀਂ ਉਹ ਅਕਾਲੀਆਂ ਦੇ ਰੌਂਦ ਅਦਰ ਬਿਠਾਏ ਦਫ਼ਤਰ ਤੇ ਬਿਕਰਮ ਮਜੀਠੀਆ ਦੇ ਖਿਲਾਫ ਵੱਡਾ ਇਲਜ਼ਾਮ ਹੈ ਨਸ਼ਾ ਤਸਕਰੀ ਦਾ, ਤੇ ਜਦੋਂ ਤੁਸੀਂ 2019 ਤੱਕ ਰਹੇ ਹੋ ਨਾਲ ਬਿਕਰਮ ਮਜੀਠੀਆ ਵੀ ਸਰਕਾਰ ਦੇ ਵਿੱਚ ਰਹੇ ਨੇ, ਤੁਸੀਂ ਕੀ ਮੰਨਦੇ ਹੋ ਵੀ ਬਿਕਰਮ ਮਜੀਠੀਆ ਦੋਸ਼ੀ ਹੋ ਸਕਦੇ ਨੇ ਇਹਦੇ ਵਿੱਚ, ਹਾਲਾਂਕਿ ਜਾਂਚ ਦਾ ਮੁੱਦਾ ਹੈ? ਇਹਦੇ 'ਚ ਕੁਛ ਮੈਂ ਨਹੀਂ ਕਹਿ ਸਕਦਾ ਕਿ ਜਿੰਨਾ ਚਿਰ ਅਦਾਲਤ 'ਚ ਕੇਸ ਹੈ, ਅਦਾਲਤ ਨੇ ਫੈਸਲਾ ਕਰਨਾ ਕਿ ਉਹ ਵਾਕਈ ਹੋ ਹੈ ਕਿ ਨਹੀਂ ਹੈ, ਇਹ ਤਾਂ ਵਕਤ ਹੀ ਦੱਸੇਗਾ ਜੀ। ਦੇਖੋ ਮੈਂ ਤਾਂ ਇੱਕ ਕਹਿਣਾ ਵੀ ਵਾਹਿਗੁਰੂ ਕਰੇ ਲੋਕਾਂ 'ਚ ਇੱਕ ਇੰਨਾ ਕੁ ਆਵੇ ਕਿ ਉਹ ਸੱਚਾਈ 'ਤੇ ਖੜਨ ਅਤੇ ਪੰਥਕ ਸੋਚ ਨੂੰ ਲੈ ਕੇ ਤੁਰਨ, ਔਰ ਇੱਕ ਐਸਾ ਮਾਹੌਲ ਪੈਦਾ ਕਰਨ ਜਿਹਦੇ ਨਾਲ ਲੋਕਾਂ ਵਿੱਚ ਦੁਬਾਰਾ ਵਿਸ਼ਵਾਸ ਪੈਦਾ ਹੋ ਸਕੇ। ਤੁਹਾਡਾ ਮੈਨੀਫੈਸਟੋ ਕਦੋਂ ਆ ਰਿਹਾ? ਗੱਠਜੋੜ ਦਾ ਇਕੱਠੇ ਆਏਗਾ? ਇਕੱਠੇ ਹੀ ਆਏਗਾ, ਅਸੀਂ ਆਪੋ ਆਪਣੇ ਮੈਨੀਫੈਸਟੋ ਦਿੱਤੇ ਨੇ, ਉਹ ਜਿਹਨੂੰ ਕੋਮਨ ਮਿਨੀਮਮ ਪ੍ਰੋਗਰਾਮ ਕਹਿ ਲਓ, ਮੈਨੀਫੈਸਟੋ ਕਹਿ ਲਓ, ਉਹ ਤਿਆਰ ਹੈ, ਉਹੀ 6 ਮੈਂਬਰੀ ਕਮੇਟੀ ਕਰ ਰਹੀ ਹੈ। ਮੈਂ ਉਹਨਾਂ ਨੂੰ ਕਿਹਾ ਵੀ ਉਹ ਗੱਲ ਕੋਈ ਨਾ ਪਾਇਓ ਜਿਹਦੇ ਨਾਲ ਅਸੀਂ ਪੂਰੇ ਨਾ ਕਰ ਸਕੀਏ।
सुप्रीम कोर्ट ने जिहड़ा कल ऐलान किया है कि जिहड़े मुफ्त खोरी दे ऐलान करते हैं मुफ्त वादे करते हैं लोगों के पैसे नाल उन्होंने जिहड़ी हैगी है रजिस्ट्रेशन भी रद्द करो तो चोन निशान भी जब्त करो। असीं साडे तो पहले तो यही है मंग कि उन्हां दी जिहड़ी अपने मैनीफेस्टो पूरा ना कर सकन ओदी रजिस्ट्रेशन भी रद्द होनी चाहिए है ਉਹ ਮੁੜ ਕੇ ਇਲੈਕਸ਼ਨ ਵੀ ਨਾ ਲੜ ਸਕਣ। ਜੀ ਇੱਕ ਆਖਰੀ ਸਵਾਲ ਪੁੱਛਾਂਗੀ ਭਗਵੰਤ ਮਾਨ ਤੇ ਸੰਗਰੂਰ ਦੇ ਵਿੱਚ ਤੁਹਾਡੀ ਪੈਂਟ ਮੰਨੀ ਜਾਂਦੀ ਸੀ ਪਰ ਇੱਕ ਆਮ ਆਦਮੀ ਆ ਕੇ ਆਮ ਬੰਦਾ ਆ ਕੇ ਆਮ ਪਰਿਵਾਰ ਦੇ ਵਿੱਚੋਂ ਸਿਆਸੀ ਪਰਿਵਾਰ ਦੇ ਵਿੱਚੋਂ ਨਹੀਂ ਹੈ ਉਸਨੇ ਇਸ ਕਦਰ ਬੜਤ ਬਣਾ ਲਈ ਹੈ ਉਹਦੇ ਤੇ ਕੀ ਕਮੈਂਟ ਕਰੋਗੇ ਤੁਸੀਂ? ਨਹੀਂ ਉਹ ਤਾਂ ਦੇਖੋ ਰਾਜਨੀਤੀ ਵਿੱਚ ਕੋਈ ਵੀ ਕਿਸੇ ਦੀ ਬੜਤ ਬਣ ਜੇ ਕੋਈ ਮਾੜੀ ਗੱਲ ਤਾਂ ਹੁੰਦੀ ਨਹੀਂ। ਮੈਂ ਕਿਹੜਾ ਮੇਰਾ ਕਿਹੜਾ ਪਰਿਵਾਰ ਕੋਈ ਪੋਲੀਟੀਕਲ ਸੀਗਾ ਮੈਂ ਵੀ ਆਮ ਸਧਾਰਨ ਘਰ ਉੱਠ ਕੇ ਆਇਆ ਸੀਗਾ ਅਤੇ ਚੰਗੀ ਗੱਲ ਹੈ ਕੋਈ ਸਧਾਰਨ ਘਰ ਉੱਠ ਕੇ ਆ ਕੇ ਕਰਦੇ ਨੇ ਅਤੇ ਮੈਨੂੰ ਤਾਂ ਕੋਈ ਅਫਸੋਸ ਵੀ ਹੈ ਨਹੀਂ। ਜੇ ਜੇ ਢੀਂਡਸਾ ਸਾਹਿਬ ਬੀ ਜੇ ਪੀ ਤੁਹਾਡਾ ਗੱਠਜੋੜ ਜਿੱਤਦਾ ਹੈ ਸੀ ਐੱਮ ਕਿਹਨੂੰ ਦੇਖਦੇ ਹੋ? ਇਹ ਤਾਂ ਐੱਮ ਐੱਲ ਏ ਨੂੰ ਚੁਣਨਾ ਜੀ। ਬਹੁਤ ਬਹੁਤ ਧੰਨਵਾਦ ਸੁਖਬੀਰ ਸਿੰਘ ਢੀਂਡਸਾ ਜੀ। ਬਹੁਤ ਮਿਹਰਬਾਨੀ। ਥੈਂਕ ਯੂ ਬੇਟਾ। ਥੈਂਕ ਯੂ ਵੈਰੀ ਮੱਚ।